بسم اللہ الرحمن الرحیم اللہم قل لولیک الحجۃ ابن الحسن صلواتک علیہ وعلی آبائی فی هذه الساعة وفی كل ساعة من ساعة الليل والنهار وليا وحافظا وقيدا وناصرا ودليلا وعينا حتى تسكنه أرضك طوعا وتمتع فيها طويلا يا رب محمد وآل محمد صل على محمد وآل محمد وأجل فرج آل محمد کریم اللہ بادشاہ حسین دست کا عظیم عبادت نو قبول فرما ماشاءاللہ جتنا بیٹھے ہو آمین سارے فرماؤ کریم اللہ والی کربلا دی پاک محنت دست کا بانیان حرکین انجمن دائے پر خلوص تمام اپنی دربار قبول فرما مالک اللہ بادشاہ حسین دست کا تمام شیعہ سنی میار ماندار چڑھ آیا قبول فرما این گھر کو اندھے کو تا قیامت تک آباد فرما تمام مومنین مومنات کو میں میرے پتر سمائت والی کربلا اول مسجد حسین دی زواری نصیب فرما بار میں بادشاہ دا دہود فرما مدینہ آباد ہوئے علی اکبر دی شادی ہوئے او بھیڑ پنو بننے جیلی پہلا تے منہ رات کے سوتی ہوئیے جیلی آجی دور وادی اکبر آتو تڈا بنسے جڈا بھیڑ مروے سیا کیا بات ہے بھائی کیا بات ہے دواری کیا بات ہے دواری جی نو کرا بابا نو کرنا بابا نو کرنا اے مجھے عقیدے دی نماز دے مجھے دل دی فریاد دے ہر ممبر تے ہر مصلے تے عزیز مشتاق مالک تک جلتی نگری دکھاوے مالک اللہ بارو بادشاہ دا ظہور فرما او بھیڑ پلو بننے جیڑی پیراں تے منہ رکھ کے سُتی ہوئی ہے جیلی ہونے رو رو آدی اکبر بھیرا تو تڈا ونسے جڈا بھین مر بے سیا برما بادشاہ جلدی دنیا دیا اون بھین کو بھیرا ملا جیلی کم دے پہاڑا میں چندھیری چلی ہوئی ہے بارش رکھی ہوئی ہے ناکہ مر گئی ہے جلی دور و آکھیا رضا پھرا دعا و دمک دیا شادہ بھیڑ کو جیتا ملکوں میں کریم اللہ بارمان اللہ حب فرما دیر سالہ میں حقیر دزمین دوئین مالک سالہ قبول فرما ماسٹر زفر سید گناہ خاندان دے انجمن دے بات فرما بے حق علی بے حق بطول اللہم صلی اللہ محمد و آل محمد سارے دعائیں دی قبولیت دی خاطر ایک بلند جی صلوات پڑھو اللہ تو مستہ رکھے پاک حسین کو کسی دا محتاج نہ کر اے الہی میں ملک بڑے سامنے بیٹھے جکھر امام دنال مہدے سالیانہ مجلس ادا ہوتی ہے مما فرشاہ قاضی وسیم غیور صابر سخاوت حسین دھیت پر ذکر ہم نو جون جتنا پردے ہو وہ انہی نور یاد امداد کرو پردے دارے کوئی اپیل ہے تو میں اپنی عقیدت نماز پیش کرا ٹور پر نہیں ملا کہ سلوات ایک سارے اچھی عباب نال پڑھو بسم اللہ
ਲਿਖਿਆ ਨਾ ਮੈਂ ਛੋੜ ਲਵਾਂ ਨਾ ਛੋੜ ਲਾ ਮੈਂ ਵਾਵਾ ਸਲਾਵਾਤ ਸਾਰੇ ਉੱਚੀ ਆਵਾਜ਼ ਨਾਲ ਪੜੋ ਨਹੀਂ 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 ਮੌਲਾ ਗਵਾਏ ਮੈਂ ਤੇ ਬਾਣੀ ਕਿਉਂ ਗਵਾਈ ਦਾਰ ਕੋ ਇਹ ਦਰਬਾਰ ਹੀ ਹੋ ਜਾਏ ਜਿਹੜਾ ਬੰਦਾ ਇੱਥਾਂ ਨੀਅਤ ਨਾਲ ਸਰ ਝੁਕਾ ਕੇ ਨਹੀਂ ਆਏ ਛੋਲਿਆ ਫਰ ਕੇ ਨਹੀਂ ਆਏ ਜਾਏ ਥਾਂ ਆ ਕਰ ਤਕਰਾਰ ਕੀਤੇ ਉੱਥੇ ਮਰ ਗਏ ਆਪਾਂ ਅੱਲਾਹ ਤੋਂ ਗੁਰਸਤਾ ਰੱਖਿਆ ਹੀ ਕਿ ਵੱਡੇ ਵੱਡੇ ਮਜੀ ਮੰਡੀ ਠਿਪ ਸੇ ਵੱਡੇ ਵੱਡੇ ਮਜਲ ਸੀ ਭਜਨ ਸੇ ਇਹ ਜ਼ਿਕਰ ਫੇਣ ਫੇੜਾ ਦਾ ਅੱਲਾਹ ਤੋਂ ਲੱਥੋ ਰਾਇਆ ਕਬੂਲ ਫਰਮਾਵੇ ਇੱਕ ਸਲਾਵਾਤ ਸਾਰੇ ਉੱਚੀ ਆਵਾਜ਼ ਨਾਲ ਪੜੋ ਅੱਲਾਹ ਤੋਂ ਗੁਜ਼ਾਰਾ ਰੱਖੇ ਜਿਹੜੇ ਬੈਠੇ ਹੋ ਇਬਾਦਤ ਸਮਝ ਕੇ ਸਲਾਵਾਤ ਪੜੋ ਇੱਕ ਦਫਾ ਸਲਾਵਾਤ ਮੁਹੰਮਦ ਵਾਉਲ ਮੁਹੰਮਦ ਮੈਦਾਨ ਸਫੀਨ ਇੱਕ ਪਾਸੋਂ ਦੁਸ਼ਮਣ ਨੇ ਵੀ ਪਾਸੋਂ ਅਲੀ ਦੇ 18 ਪੁੱਤਰ ਜ਼ਿੰਦਗੀ ਹੋ ਗਈ ਆਪਾਂ ਮੈਂ ਕਸੀਦਾ ਪੜ੍ਹਨ ਲੱਗਾ ਮੁਸਤਾਫ ਜੀ ਨੇ 11 ਸਾਲ ਦੇ ਸਨ ਮੈਂ ਜਿਹੜਾ ਤੇਰੇ ਮੇਰੇ ਮੁਰਸ਼ਦ ਦਾ ਪਾਸ ਚੰਗ ਕੇ ਸਫੀਨ ਚ ਹਮਲਾ ਕੀਤਾ ਨਾ ਇਹ ਜ਼ਿਕਰ ਹੁਸੈਨ ਕਈ ਬੰਦੇ ਦਾ ਮੁਹਤਾਜ ਨਹੀਂ ਜੋ ਫਿਲਾਨਾ ਬਾਸੀ ਫਿਲਾਨਾ ਬਾਸੀ ਫਿਲਾਨਾ ਬਾਸੀ ਜਾ ਮੈਂ ਨਾ ਖੜਾ ਚਾਹਾਂ ਮੈਂ ਨਾ ਇਹੋ ਚਾਹਣੇ ਹਸਨ ਮੌਲਾ ਹੁਸੈਨ ਮੌਲਾ ਗਾਜ਼ੀ ਮੌਲਾ ਮਦਦ ਫਰਮਾ ਯਕੀਨੇ ਮੌਕ ਮੇ ਮਦਦ ਤੇ ਆ ਗਏ ਅਬ ਸਹੀ ਇਹ 18 ਪੁੱਤਰ ਸਭ ਬਣਾਈ ਖੜਨ ਮਨ ਲਿਖਿਆ ਹੈ ਹਸਨ ਆਦੇ ਮਾਇਵੇ ਦਾ ਹੁਸੈਨ ਆਦੇ ਮਾਇਵੇ ਦਾ ਮੁਹੰਮਦ ਰਫੀਆ ਆਦੇ ਮਾਇਵੇ ਦਾ ਤੇਜਾ ਮੇਰਾ ਮੁਰਸ਼ਦ ਅਲੀ ਇਮਾਮ ਕੁਲ ਇਮਾਨ ਮੌਲਾ ਅਬਾਸ ਦੇ ਕੁਲ ਮਾਇ ਪਿਆਰ ਦਾ ਹੱਥ ਰੱਖਿਆ ਸੱਤ ਵਫਾ ਦੇ ਕੁਰਾਨ ਕਦਮੇ ਤੇ ਨਿਗਾਹ ਰੱਖੀ ਮੈਂ ਦੇਖੀ ਅਬ ਮੈਂ ਦੇਖੀ ਹਾਲ ਮਿਲਿਆ ਬਾਅਦ ਕਰ ਕੁਰਾਨ ਦਾ ਵਾਸਤਾ ਨਹੀਂ ਨਾ ਕਰੋ ਇੱਕ ਟਾਈਮ ਹੋ ਤਾਂ ਤੁਸੀਂ ਗੁਫਤਗੂ ਕਰਨੀ ਹੈ ਤੇ ਬਾਅਦ ਵੀ ਗੁਰਦਾਰ ਬਣੀ ਗਾਲੀ ਤੋਂ ਕੁਰਾਨ ਲਾ ਬਿਸਮਿਲਾ ਕਰਾਂ ਗਾਲੀ ਤੋਂ ਕੁਰਾਨ ਲਾ ਹੁਸੈਨ ਦੀ ਅੰਮਾ ਤੋਂ ਗੁਰਸ ਜਾ ਰਿਹਾ ਮੈਂ ਸਾਰਾ ਕੁਝ ਜਾਣਦਾ ਮਾਹੌਲ ਦਾ ਪਤਾ ਹੈ ਮੈਂ ਸਿਰਫ ਜ਼ਾਕਿਰ ਵੀ ਆਜ਼ਾਦ ਹੀ ਹਾਂ ਮੈਂ ਪੂਰਾ ਵਿਚਾਰ ਕਰਦਾ ਜਿਹੜੇ ਜ਼ਾਕਰ ਆ ਖੜ ਪੱਤਾ ਬਾਣੀ ਕੁਮਾ ਦੇ ਆਵਾ ਹੈ ਅੱਲਾਹ ਤੋਂ ਕੁਰਾਨ ਲਾ ਬਸ ਅਬਾਸ ਤਿਆਰ ਥੈ ਹਸਨ ਹੁਸੈਨ ਸਾਹਮਣੇ ਆਣ ਬਾਬਾ 11 ਸਾਲ ਦਾ ਸਾਹਮਣੇ ਤੂੰ ਆਦੀ ਅਬਾਸ ਜੰਗ ਕਰੇ ਇਹਨਾਂ ਗਾਦੀ ਲੈ ਕੇ ਮੈਂ ਹੱਥ ਅਖਤਰ ਜਿਵੇਂ ਅਬਾਸ ਮੌਲਾ ਨੇ ਮੌਲਾ ਅਮੀਰ ਦੇ ਕਦਮੇ ਤੇ ਹੱਥ ਲਾਏ ਜਿਵੇਂ ਤੁਸਾਂ ਸਾ ਆਪਣੀ ਔਲਾਦ ਨਾਲ ਪਿਆਰ ਕਰਨੇ ਆ ਨਾ ਅਲੀ ਕੁਲ ਇਮਾਨ ਮੌਲਾ ਨੇ ਸਰਕਾਰੇ ਅਬਾਸ ਨੂੰ ਹੱਥ ਦੇ ਨਾਲ ਲਾਏ ਪੇਸ਼ਾਨੀ ਤੇ ਫੁਰਸਾ ਦੇ ਕੇ ਜਿਹੜੀ ਗੱਲ ਤੇ ਜੇ ਮੇਰੇ ਅੱਬਾ ਨੇ ਮਾਫ ਕੀਤੀ ਉਹ ਮੈਂ ਮੌਲਾ ਅਬਾਸ ਦੀ ਸ਼ਾਨ ਪੜਨ ਲੱਗਾ ਜੱਗ ਕੇ ਸਫੀਰ ਤੋਂ ਕੁਛ ਸੁਣਾਵਣ ਲੱਗਾ ਕਿਉਂ ਅੱਗ ਬੁਲੰਦ ਕਰਕੇ ਮਿਲ ਕੇ ਲਾ ਰਹਾ ਹੈ ਦਰੀ ਲਲ ਜੰਗ ਸਫੀਨ ਜਾਗਾ ਗਾਜ਼ੀ ਲੱਗ ਲਾਵੇ ਗਾਜ਼ੀ ਲੱਗ ਲਾਵੇ ਸਾਰੇ ਜਾਣਦੇ ਆਓ 100 ਵਿੱਚੋਂ 70 ਵੱਜਦੇ ਮੈਂ ਨਾਲੇ ਨੂੰ ਪੜ੍ਹੇ ਨੂੰ ਅੱਜ ਸਗਲਾਇਨ ਬੜੇ ਇਕੱਠੇ ਮੈਨੂੰ ਤੱਕ ਨਹੀਂ ਪਾਉਂਦੇ ਬਾਸ਼ਾਅੱਲਾ ਮੈਨੂੰ ਤੱਕ ਨਹੀਂ ਪਾਉਂਦੇ ਜੰਗ ਸਫੀਰ ਦੇ ਵਿੱਚ ਚਾਹੇ ਅਬਾਸ ਨੂੰ ਜਾਗਾ ਲੈ
ਜਿਹੜਾ ਮੈਂ ਤੇ ਖੜਦਾ ਹਾਂ ਨਾ ਮਹਿਮਾਨ ਲਾ ਕੇ ਤਸ਼ਰੀਫ ਦੇਣਾ ਹੈ ਸਾਇਨ ਦੀ ਅੰਮਾ ਦਾ ਸੋਹਣਾ ਲਾ ਕੇ ਬਿਸਮਿਲਾ ਕਰ ਲੇਕਿਨ ਦੇਖਣਾ ਮੈਡੋ ਹੈ ਮਾਲਕ ਬਣੇ ਰਿਜ਼ਕ ਮਾਲ ਔਲਾਦ ਦੀ ਖੈਰ ਫਰਮਾਵੇ ਮੌਲਾ ਇਹਨਾਂ ਦੀ ਜ਼ਿੰਦਗੀ ਦੇ ਨਾਲ ਫਰਮਾਵੇ ਤੁਸਾਂ ਜ਼ਿਹਨ ਮਿਲਾਇਆ ਥਕਾਵਟ ਮਹਿਸੂਸ ਨਾ ਕੀਤੋ ਵੇ ਤੱਕ ਮਲੂਮ ਜੀ ਜਾਂਗੇ ਸਫੀ ਦਾ ਪਾਸ ਯਾਰਾਂ ਸਾਰੇ ਲੜਦਾ ਕਿਵੇਂ ਲੱਗਦਾ ਭਾਈ ਮੁਹੱਬਤ ਨਾਲ ਚਾਵੜਾ ਹੈ ਜਨਾਬ ਅਮੀਰੁਲ ਮੂਮਿਨੀਨ ਪੁੱਤਰ ਦੀ ਪਰੇਸ਼ਾਨੀ ਚੁੱਕ ਕੇ ਖੜਿਆ ਦਿਨਵਾਏ ਜ਼ਿੰਦਗੀ ਦੀ ਖੈਰ ਦੁਆ ਹੈ ਅਖਤਰ ਜੀ ਨੇ ਬਾਬਾ ਸਾਹਿਬ ਮੈਂ ਦੱਸਾਂ ਅੱਬਾਸ ਕੋਲੇ ਤੇ ਸਵਾਰ ਹੋਇਆ ਹੈ ਉਹ ਮਸਜਿਦ ਕਿੱਥੇ ਨੂੰ ਯਾਰ ਸਾਹਿਬ ਦੇ ਸਾਹਮਣੇ ਬਾਬੇ ਅਲੀ ਦੀ ਵੱਡੀ ਫਾਤੀ ਹੈ ਸਾਰੇ ਮੁਹੰਮਦ ਦੇ ਤੇ ਸਾਰੇ ਅਲੀ ਹੈ ਬੰਦਾ ਸਾਹਮਣੇ ਆਏ ਆਦਮ ਮੌਲਾ ਸੋਹਣਾ ਪਿਆ ਲੱਗਦੇ ਫਿਰ ਦੇਖੀ ਸੋਹਣਾ ਪਿਆ ਲੱਗਦਾ ਹੈ ਲੇਕਿਨ ਇਹ ਜ਼ਿਦਾ ਥੋੜੀ ਲੰਬੀ ਹੈ ਜ਼ਿਦਾ ਕਫਨੇ ਦੀ ਨਾ ਹੈ ਚਮੜੇ ਦੀ ਨਾ ਹੈ ਮੂਹ ਦੀ ਹੈ ਜਦਾ ਬੰਦੇ ਆ ਕੇ ਜ਼ਿਦਾ ਲੰਬੀ ਅੱਲਾ ਮੇ ਅਬਾਸ ਦੀ ਕਸਮ ਹੈ ਘੋੜੇ ਦੀ ਜ਼ੀਨ ਦੇ ਭਾਈ ਦੇ ਅਬਾਸ ਜ਼ਿਦਾ ਨੂੰ ਹੀ ਮੇ ਫਾਰਿਆ ਹੈ ਜਿਵੇਂ ਕਿ ਕਪੜੇ ਨੂੰ ਫੜੀਦਾ ਹੈ ਸਦਕੇ ਦੀ ਪੋਵਾ ਯਾ ਅਲੀ ਅਲ ਉੱਚਾ ਨਾ ਰਹਾ ਹੈ ਦਰੀ ਬੰਦਾ ਸਾਹਮਣੇ ਆਇਆ ਮੌਲਾ ਇਹ ਦਾਊਦ ਨਬੀ ਦਾ ਕੰਮ ਹੈ ਲੂਹ ਕੋ ਮੋਹ ਕਰ ਦਿੰਦਾ ਹੈ ਅੱਬਾ ਸੁਣਾਏ ਬੰਦਾ ਖੁਦਾ ਦਾਊਦ ਨਬੀ ਮੇਰੇ ਬਾਬੇ ਦਾ ਨਾਮ ਚਾ ਕੇ ਲੂਹ ਮੋਹ ਕਰਦਾ ਹੈ ਮੈਂ ਜੇ ਦੇਖ ਮੈਂ ਅੱਬਾਸ ਆ ਹੁਣ ਬੋਲਿਆ ਹੁਣ ਬੋਲਿਆ ਹੁਣ ਬੋਲਿਆ ਜ਼ਿੰਦਗੀ ਹੋਵੇ ਤੁਹਾਡੀ ਬਿਸਮਿਲਾ ਕਰ ਬਿਸਮਿਲਾ ਕਰਾਂ ਜਿਹੜਾ ਅੱਬਾਸ ਨੇ ਗੱਲ ਕੀਤੀ ਮਾਲਿਕ ਹੈ ਉਸਤਾਦ ਹਸਨ ਹੁਸੈਨ ਸਾਰੇ ਇਕੱਠੇ ਠੀਕ ਹੈ ਮੌਲਾ ਯਾਰ ਸਾਲ ਦੇ ਸੰਦੇਚ ਅਬਾਸ ਲਰਸੀ ਕਿਵੇਂ ਅਬਾਸ ਲਰਸੀ ਕਿਵੇਂ ਅਬਾਸ ਲਰਸੀ ਕਿਵੇਂ ਜਦਾ ਪੁੱਛਣ ਤੇਰੇ ਮੇਰੇ ਅਬਲ ਇਮਾਮ ਪੁੱਤਰ ਦੀ ਪਛਾਣੀ ਚੁੱਕ ਕੇ ਖੜਾ ਪਰਵੇਂ ਦੇ ਬਾਏ ਸਾਰੇ ਬੋਲ ਬਾਈ ਨਹੀਂ 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 ਨਾ ਇਨਸਾਫ ਜਿਹੜਾ ਬੱਲਾ ਕਰੇ ਸੀ ਮੌਲਾ ਬਾਸ ਖੁਸ਼ੀ ਕਰੇ ਸਾਰੇ ਬੋਲ ਬਾਈ ਤੁਹਾਡਾ ਮਿਲ ਗਿਆ ਹੋਵਣ ਹੁਣ ਸ਼ੇਰ ਪੂਰਾ ਸੁਣਾ ਬਾਈ ਸਭੀ ਨੇ ਮੁਕਾਬਲੇ
اللہ تو مست بسم اللہ کر پاک حسین تے نیاز قبول فرما اے لکھوندا بابا مدد صلی اللہ علیہ وسلم اللہ اکبر بس ختم میری پہچان جتھوں میں ذاکر پنیا جتھوں میں گزاکر کیتی ہے عمر مسائل سایا ایک شعر دا لکھیا پڑھنا ٹائم دی گئی تھی گئی ہے تے پڑھنا او ہے جے او بابا پڑھتے ہاں ٹھیک سارے بزرگ دا جوان دا حکم ہے بابا بھٹی صاحب دا قصیدہ پڑھ تو اللہ اپنی زندگی کی خیر فرماوے اے ساؤنڈ والا جتھا ہے میں تو اندر آ ایک دفعہ اللہ اپنی زندگی کے ایک صلوات سارے اونچی آواز نال پڑھو اچھا بابا مجال ہے بابا مجال 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 غازی تو قران کا جاوے یا علی سخی عباس پر کشدہ مفاد صدقہ ہی تھل کی گردہ مالے پرے رزق بات کی خیر فرماوے نیر فارے بیٹھے ہو اسے چار پانچ ہیں پیو پر پیر بھائی سے مقابلہ تھانگا نہیں جتنا اونچا نعرہ مرے سو میں قصیدے بھی ہاں ہوتے ہو تو رکھے سو سارے بولو بھائی اللہ تعالی زندگی کی خیر فرماوے مالک کو گناہ گلاوے علی ولی اللہ بادشاہ حسین کو کیڑا محتاج نہ کرے اے بزرگ دی محنت دے سارے بولو بھائی علی اکبر دے بابا کو گناہ گلاوے بزرگ سا کو آتے ہاں جو تارے پھٹی صاحب ہاں کر رہا اسا مار کے پچھو بھج پھل رہا سے یہ ٹائم ہی ہو جائے اللہ دنگی کے لئے سکران سے امام حسین دے اکبر دے صدقہ بھٹی صاحب دے اکبر دے بیٹھے کو کمائی نہیں بی بی دے گلے رنگ لا دے دے جے دے مارو بیٹھے جے بھٹی دی برکہ دے جے حسین دے ذکر اثر ہے توقع ہے میں کو سارے امام بارکہ دے اکبر حسین بی بی دی پاک جوٹی دے صدقہ ایک سلوات سارے اچھی امام نہ پڑھ Ah!
نوکر آ صدقے تھی غلام طبیعت ملا بین مہے پھول بسم اللہ تک لے جاتی ہو گئے میں صدقے تھی غلام لتا دے ٹھے غریب نوکر اچھا بسم اللہ کرا لتا دے ٹھے اچھا جوانی ہو گئی لتا دے ٹھے آدھا دے ٹھے لوگوں میں غریب مرجن آیا ہے قدمت مٹھا ٹھیک ہے سلام علیکہ سلام حسین فرمائے آمر آگیا ہے لاؤ نے آمر کنہ تھے آیا ہے قدمت چھئی آدھے امام نبی نے مجھے نا تو کی میں باقی رہی حسین فرمائے آمر تکھوان زافر مجھے انتر آرے مرگریب نے سلام پہ جی نو کرا نو جی اچھا بابا نو کر جب نو کرا مشتاق جی میں بیدا اکبر رہ گیا ہر سبا آمد دولے گریبان چاہ کے حسین فرمائے آمد تیدا پہی میں غریب دا ایک پیغام چاہی بان تھاکنی میں پیا دیکھی میں لوگ حسین فرمائے میرا پیغام آمد دے مولا کیڑا پیغام ہے اکبر دا بابا تنیاں ٹیک کے ہوچے آمد بہاں دے نال رہے سے غریب ہو جوائے نوکرا بسم اللہ سونی ہے کی تیرے اچھا میں نے طرف ہوا کہ لا پھر تشاوت مقدر میں معافی مانگ کے آمر جنٹی بچھوئے گریبان چاک زبار ماما فانا جائیں تو دیکھیں سارے بے خاک آدھا بدے ہائے غریب ہائے پتر مویا ہائے مسافر اوہلے پیلے را میں پوکے جنہ را پھر پتر کو پجمہ سیرا پیا پھائیں دہائی آمر دیا باب یہ ہائے غریب ہائے مسافر زافر آدھے آمر ایک لے جائیں مجھا بات سمیاں روڈا کیوں ہے تیری پتر بھیلا مر گیا میں شادی سے نام ہے روڈا کیوں ہے جدہ دا پیڑا کے روڈا کیوں ہے منبر دی قسم ہے دیوار دلال مطھا مار گیا میری تھائی بہن کی دائی سیدہ دا تو خوشیاں میں جا اچھا معافی مانگے منبر کے چھوڑے دائیں زافر تا قلت آمد بہاد نالیس آدھے آمد ہون دسا تو جنہ کربلا پوکے پھکڑا پوئے دکھے لیا
ਬਾਲ ਗਿਆ ਲਾਪਰ ਜਿਹੜਾ ਗੱਲ ਲੱਗਾ ਹੈ ਤੱਤੇ ਨਾਲ ਸਿਕਲਾ ਨਸਾ ਜਵਾਨ ਲੁਛਾ ਵੈ ਜਦਾ ਮੈਂ ਅੱਛਾ ਨੌਕਰ ਜੀ ਜੀ ਅੱਛਾ ਨੌਕਰ